ਨਾਕਾਬੰਦੀ ਦੌਰਾਨ ਵਪਾਰੀ ਦੀ ਗੱਡੀ ਚੋਂ ਮਿਲੇ 8 ਲੱਖ। ਚੋਣ ਜ਼ਾਬਤੇ ਦੌਰਾਨ ਨਹੀਂ ਲਿਜਾ ਸਕਦੇ 50,000 ਤੋਂ ਵੱਧ। ਜ਼ਿਆਦਾ ਨਕਦੀ ਲਈ ਦੱਸਣਾ ਪੈਂਦਾ ਹੈ ਪੈਸਿਆਂ ਦਾ ਸੋਰਸ। ਤਾਂ ਦੱਸ ਦਈਏ ਕਿ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਰਾਜਾਂ ਦੇ ਵਿੱਚ ਪੁਲਿਸ ਦੇ ਵੱਲੋਂ ਸਖ਼ਤੀ ਕੀਤੀ ਹੋਈ ਹੈ, ਤਾਂ ਇਸ ਦੇ ਚੱਲਦੇ 50,000 ਤੋਂ ਜ਼ਿਆਦਾ ਕੈਸ਼ ਨਹੀਂ ਰੱਖਿਆ ਜਾ ਸਕਦਾ। ਤਾਂ ਜੇਕਰ 50,000 ਤੋਂ ਜ਼ਿਆਦਾ ਕੈਸ਼ ਹੈ ਤਾਂ ਉਸਦਾ ਸਬੂਤ ਦੇਣਾ ਪੈਂਦਾ। ਤਾਂ ਇਸੀ ਦੇ ਚੱਲਦੇ ਸ਼ਹਿਰ ਦੇ ਵਿੱਚ ਖਾਸ ਨਾਕਾਬੰਦੀ ਕੀਤੀ ਹੋਈ ਸੀ। ਤਾਂ ਅੱਜ ਜਲੰਧਰ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਹੁਸ਼ਿਆਰਪੁਰ ਤੋਂ ਆ ਰਹੀ ਇੱਕ ਗੱਡੀ ਨੂੰ ਰੋਕਿਆ, ਜਿਸ ਦੇ ਵਿੱਚ ਚੈਕਿੰਗ ਦੌਰਾਨ ਕਰੀਬ 8 ਲੱਖ ਰੁਪਏ ਮਿਲੇ। ਤਾਂ ਮੌਕੇ 'ਤੇ ਪੁਲਿਸ ਦੇ ਵੱਲੋਂ ਉਹ ਸਾਰੀ ਨਕਦੀ ਬਰਾਮਦ ਕਰਕੇ ਗਿਣੀ ਜਾਂਦੀ ਹੈ। ਤਾਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਪੁਲਿਸ ਕਰਮੀ ਇਸ ਨਕਦੀ ਨੂੰ ਗਿਣ ਰਹੇ ਨੇ। ਤਾਂ ਕਾਰ ਦੇ ਬੋਨਟ ਦੇ ਉਹਨਾਂ ਦੇ ਵੱਲੋਂ ਇਹ ਪੈਸੇ ਰੱਖੇ ਜਾਂਦੇ ਨੇ, ਜਿਸ ਤੋਂ ਬਾਅਦ ਜਦ ਵਪਾਰੀ ਨੂੰ ਇਹਨਾਂ ਪੈਸਿਆਂ ਦਾ ਸੋਰਸ ਪੁੱਛਿਆ ਗਿਆ ਤਾਂ ਉਹ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦੇ ਪਾਇਆ। ਤਾਂ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ 8 ਲੱਖ ਦੀ ਇਹ ਨਕਦੀ ਲੈ ਕੇ ਜਾ ਰਿਹਾ ਸੀ। ਤਾਂ ਚੋਣ ਜ਼ਾਬਤੇ ਦੇ ਦੌਰਾਨ 50,000 ਤੋਂ ਵੱਧ ਦੀ ਨਕਦੀ ਲਿਜਾਣੀ ਗੈਰ ਕਾਨੂੰਨੀ ਹੈ, ਪਰ ਜੇਕਰ ਤੁਸੀਂ ਇਸ ਤੋਂ ਵੱਧ ਦਾ ਕੈਸ਼ ਲੈ ਕੇ ਜਾਂਦੇ ਹੋ ਤਾਂ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦੇਣੀ ਹੁੰਦੀ ਹੈ ਅਤੇ ਜਾਣਕਾਰੀ ਦੇਣੀ ਪੈਂਦੀ ਹੈ ਕਿ ਇਸ ਪੈਸਿਆਂ ਦਾ ਸੋਰਸ ਕੀ ਆ। ਪਰ ਇਹ ਵਪਾਰੀ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦੇ ਪਾਇਆ, ਜਿਸ ਤੋਂ ਬਾਅਦ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਹੜੇ ਸਪੈਸ਼ਲ ਨਾਕੇ ਲੱਗਿਆ ਜੀ ਆਪਣੇ ਇਲੈਕਸ਼ਨ ਚੋਣ ਕਮਿਸ਼ਨ ਹੁਕਮਾਂ ਦੌਰਾਨ ਜੀ, ਉਹਦੇ ਸੰਬੰਧ 'ਚ ਜਾਣੀ ਕਿ ਚੈਕਿੰਗ ਕੀਤੀ ਸੀ। ਸਵੇਰੇ ਇੱਕ ਗੱਡੀ ਰੋਕੀ, ਆਪਣੇ ਇਨਫੋਰਮੇਸ਼ਨ ਕੋਈ ਨਹੀਂ ਸੀ ਆਪਾਂ ਨੂੰ, ਮੈਂ ਸ਼ੱਕ ਦੇ ਆਧਾਰ 'ਤੇ ਰੋਕੀ ਜਦੋਂ, ਅਤੇ ਉਹਨੂੰ ਰੋਕ ਕੇ ਸਾਈਡ 'ਤੇ ਰੋਕ ਕੇ ਤਾਂ ਉਹਨੂੰ ਡਿੱਗੀ ਖਿਲਾਈ ਗਈ, ਅਤੇ ਬਾਅਦ ਵਿੱਚ ਉਹਦੇ ਕੋਲ ਬੈਗ ਸੀਗਾ ਇੱਕ, ਉਹਨੂੰ ਕਿਹਾ ਬੈਗ ਖੋਲਣ ਨਹੀਂ ਕਿਹਾ ਤਾਂ ਉਹ ਘਰ ਆ ਗਿਆ ਥੋੜ੍ਹਾ ਜੀ। ਅਤੇ ਫਿਰ ਉਹਨੇ ਜਦੋਂ ਬੈਗ ਖੋਲਿਆ ਤਾਂ ਉਹਦੇ ਵਿੱਚ ਤਕਰੀਬਨ 3.5 ਲੱਖ ਰੁਪਈਆ ਹੈ। ਅੱਛਾ ਜੀ। ਉਹ ਸਾਨੂੰ ਆਣ ਕੇ ਕੋਂਟੈਕਟ ਕਰਾਉਣ ਚੈੱਕ ਕਰਾਉਣ ਲੱਗ ਪਿਆ, ਅਤੇ ਇੱਕ ਬੈਗ ਹੋਰ ਸੀਗਾ ਵਿੱਚ। ਉਹਨਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਹੋਰ ਕੈਸ਼ ਤਾਂ ਨਹੀਂ ਹੈਗਾ, ਉਹ ਕਹਿੰਦੇ ਨਹੀਂ ਸਾਡੇ ਕੋਲ ਹੋਰ ਕੈਸ਼ ਨਹੀਂ, ਇਹੀ ਆ। ਜਦੋਂ ਗੱਡੀ ਦੇ ਵਿੱਚ ਦੁਬਾਰਾ ਬੈਗ ਲਿਆਂਦਾ ਗਿਆ ਉਹਦੇ ਵਿੱਚ 4 ਲੱਖ ਦੇ ਕਰੀਬ, ਉਹਦੇ ਵਿੱਚ 4,43,000 ਟੋਟਲ। ਕਿੰਨਾ ਪੈਸਾ ਨਿਕਲਿਆ ਟੋਟਲ? ਤਕਰੀਬਨ 8 ਲੱਖ ਦੇ ਕਰੀਬ। ਪਤਾ ਲੱਗੇ ਕਿੱਥੋਂ ਲੈ ਕੇ ਆ ਰਹੇ ਸੀ, ਕਿਹੜੀ ਜਗ੍ਹਾ ਤੋਂ ਜਾਣਾ ਸੀ? ਇਹ ਆਏ ਹੁਸ਼ਿਆਰਪੁਰ ਏਰੀਆ ਤੋਂ ਆਏ, ਤਲਵਾੜੇ ਤੋਂ। ਅੱਛਾ ਜੀ। ਉਹ ਕਹਿੰਦੇ ਅਸੀਂ ਪਤਾ ਨਹੀਂ ਵਪਾਰੀ ਹਾਂ, ਅਤੇ ਬਾਕੀ ਕਲੀਅਰ ਨਹੀਂ ਕੀਤਾ ਉਹਨੇ। ਕੋਈ ਸਬੂਤ ਮਿਲੇ ਉਹਨਾਂ? ਕੋਈ ਸਬੂਤ ਨਹੀਂ। ਕੈਸ਼ ਦਾ ਕੋਈ ਸਬੂਤ ਦਿੱਤਾ ਹੋਵੇ? ਨਹੀਂ ਕੋਈ। ਉਹਨਾਂ ਪੁੱਛਿਆ ਵੀ ਕੋਈ ਬਿੱਲ ਹੈਗਾ ਜਾਂ ਦੱਸੋ ਕਿੱਥੋਂ ਕਢਾ ਕੇ ਲਏ ਆ, ਕੋਈ ਸਬੂਤ ਨਹੀਂ ਕੋਈ ਕੁਝ। ਕਿਤੇ ਇਲੈਕਸ਼ਨ ਕਮਿਸ਼ਨਰ ਦੀ ਦਿੱਤਾ ਹੈਗੀ 50,000 ਤੋਂ ਉੱਪਰ ਜਾਣਾ, ਤਾਂ ਕੋਈ ਸਬੂਤ ਉਹਨਾਂ ਦੇ ਕੋਲ ਹੋਣੇ ਚਾਹੀਦੇ। ਕਿਆ ਉਹਨਾਂ ਕੋਲ ਨਿਕਲੇ? ਨਹੀਂ ਬਿਲਕੁਲ ਨਹੀਂ ਨਿਕਲਿਆ। ਉਹਨੇ ਦੱਸਿਆ ਕਰਕੇ ਵੀ ਤੁਹਾਡੇ ਕੋਲ ਸਬੂਤ ਹੈਗਾ ਦਿਖਾ ਦਿਓ, ਕਹਿੰਦਾ ਨਹੀਂ ਸਾਡੇ ਕੋਲ ਨਹੀਂ। ਹੁਣ ਕੈਸ਼ ਤਾਂ ਤੁਹਾਡੇ ਵੱਲੋਂ? ਇਹ ਆਪਣੇ ਸੀਨੀਅਰ ਅਫਸਰਾਂ ਦੇ ਹੁਕਮ ਲਿਆਣ ਕੇ ਇਹਨਾਂ ਕਰਕੇ ਉੱਥੇ 1 ਨੰਬਰ ਥਾਣੇ ਭੇਜ ਦਿੱਤਾ ਗਿਆ ਜੀ। ਜਿਹੜੀ SSC ਟੀਮ ਆ ਉਹਨਾਂ ਦੇ ਹਵਾਲੇ ਕਰਕੇ ਜਿਹੜੀ ਬਣਦੀ ਕਾਰਵਾਈ ਉਹਨਾਂ 'ਤੇ ਹੋਊਗੀ। ਟੋਟਲ ਪਤਾ ਲੱਗਿਆ ਕਿੰਨਾ ਕੈਸ਼ ਹੈ? ਤਕਰੀਬਨ 8 ਲੱਖ ਦੇ ਕਰੀਬ ਸੀ, ਬਾਕੀ ਥੋੜ੍ਹਾ ਬਹੁਤਾ ਹੋਰ ਵੀ 7.5-7 ਹਜ਼ਾਰ ਰੁਪਇਆ ਹੋਰ ਵੀ। ਨਾਕਾਬੰਦੀ ਦੌਰਾਨ ਵਪਾਰੀ ਦੀ ਗੱਡੀ 'ਚੋਂ ਮਿਲੇ 8 ਲੱਖ। ਚੋਣ ਜ਼ਾਬਤੇ ਦੌਰਾਨ ਨਹੀਂ ਲਿਜਾ ਸਕਦੇ 50,000 ਤੋਂ ਵੱਧ। ਜ਼ਿਆਦਾ ਨਕਦੀ ਲਈ ਦੱਸਣਾ ਪੈਂਦਾ ਹੈ ਪੈਸਿਆਂ ਦਾ ਸੋਰਸ। ਤਾਂ ਦੱਸ ਦਈਏ ਕਿ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਰਾਜਾਂ ਦੇ ਵਿੱਚ ਪੁਲਿਸ ਦੇ ਵੱਲੋਂ ਸਖ਼ਤੀ ਕੀਤੀ ਹੋਈ ਹੈ, ਤਾਂ ਇਸ ਦੇ ਚੱਲਦੇ 50,000 ਤੋਂ ਜ਼ਿਆਦਾ ਕੈਸ਼ ਨਹੀਂ ਰੱਖਿਆ ਜਾ ਸਕਦਾ। ਤਾਂ ਜੇਕਰ 50,000 ਤੋਂ ਜ਼ਿਆਦਾ ਕੈਸ਼ ਹੈ ਤਾਂ ਉਸਦਾ ਸਬੂਤ ਦੇਣਾ ਪੈਂਦਾ। ਤਾਂ ਇਸੀ ਦੇ ਚੱਲਦੇ ਸ਼ਹਿਰ ਦੇ ਵਿੱਚ ਖਾਸ ਨਾਕਾਬੰਦੀ ਕੀਤੀ ਹੋਈ ਸੀ। ਤਾਂ ਅੱਜ ਜਲੰਧਰ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਹੁਸ਼ਿਆਰਪੁਰ ਤੋਂ ਆ ਰਹੀ ਇੱਕ ਗੱਡੀ ਨੂੰ ਰੋਕਿਆ, ਜਿਸ ਦੇ ਵਿੱਚ ਚੈਕਿੰਗ ਦੌਰਾਨ ਕਰੀਬ 8 ਲੱਖ ਰੁਪਏ ਮਿਲੇ। ਤਾਂ ਮੌਕੇ 'ਤੇ ਪੁਲਿਸ ਦੇ ਵੱਲੋਂ ਉਹ ਸਾਰੀ ਨਕਦੀ ਬਰਾਮਦ ਕਰਕੇ ਗਿਣੀ ਜਾਂਦੀ ਹੈ। ਤਾਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਪੁਲਿਸ ਕਰਮੀ ਇਸ ਨਕਦੀ ਨੂੰ ਗਿਣ ਰਹੇ ਨੇ। ਤਾਂ ਕਾਰ ਦੇ ਬੋਨਟ ਦੇ ਉਹਨਾਂ ਦੇ ਵੱਲੋਂ
ਇਹ ਪੈਸੇ ਰੱਖੇ ਜਾਂਦੇ ਨੇ। ਜਿਸ ਤੋਂ ਬਾਅਦ ਜਦ ਵਪਾਰੀ ਨੂੰ ਇਹਨਾਂ ਪੈਸਿਆਂ ਦਾ ਸੋਰਸ ਪੁੱਛਿਆ ਗਿਆ ਤਾਂ ਉਹ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦੇ ਪਾਇਆ। ਤਾਂ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ 8 ਲੱਖ ਦੀ ਇਹ ਨਕਦੀ ਲੈ ਕੇ ਜਾ ਰਿਹਾ ਸੀ। ਤਾਂ ਚੋਣ ਜ਼ਾਬਤੇ ਦੇ ਦੌਰਾਨ 50,000 ਤੋਂ ਵੱਧ ਦੀ ਨਕਦੀ ਲਿਜਾਣੀ ਗੈਰ ਕਾਨੂੰਨੀ ਹੈ, ਪਰ ਜੇਕਰ ਤੁਸੀਂ ਇਸ ਤੋਂ ਵੱਧ ਦਾ ਕੈਸ਼ ਲੈ ਕੇ ਜਾਂਦੇ ਹੋ ਤਾਂ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦੇਣੀ ਹੁੰਦੀ ਹੈ ਅਤੇ ਜਾਣਕਾਰੀ ਦੇਣੀ ਪੈਂਦੀ ਹੈ ਕਿ ਇਸ ਪੈਸਿਆਂ ਦਾ ਸੋਰਸ ਕੀ ਆ। ਪਰ ਇਹ ਵਪਾਰੀ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦੇ ਪਾਇਆ, ਜਿਸ ਤੋਂ ਬਾਅਦ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਹੜੇ ਸਪੈਸ਼ਲ ਨਾਕੇ ਲੱਗੇ ਆ ਜੀ ਆਪਣੇ ਇਲੈਕਸ਼ਨ ਚੋਣ ਕਮਿਸ਼ਨ ਹੁਕਮਾਂ ਦੌਰਾਨ ਜੀ, ਉਹਦੇ ਸੰਬੰਧ 'ਚ ਜਾਣੀ ਕਿ ਚੈਕਿੰਗ ਕੀਤੀ ਸੀ। ਸਵੇਰੇ ਇੱਕ ਗੱਡੀ ਰੋਕੀ, ਆਪਣੇ ਇਨਫੋਰਮੇਸ਼ਨ ਕੋਈ ਨਹੀਂ ਸੀ ਆਪਾਂ ਨੂੰ, ਮੈਂ ਸ਼ੱਕ ਦੇ ਆਧਾਰ 'ਤੇ ਰੋਕੀ ਜਦੋਂ, ਅਤੇ ਉਹਨੂੰ ਰੋਕ ਕੇ ਸਾਈਡ 'ਤੇ ਰੋਕ ਕੇ ਉਹਨੂੰ ਡਿੱਗੀ ਖਿਲਾਈ ਗਈ, ਅਤੇ ਬਾਅਦ ਵਿੱਚ ਉਹਦੇ ਕੋਲ ਬੈਗ ਸੀਗਾ ਇੱਕ, ਉਹਨੂੰ ਕਿਹਾ ਬੈਗ ਖੋਲਣ ਨਹੀਂ ਕਿਹਾ ਅਤੇ ਉਹ ਘਰ ਆ ਗਿਆ ਥੋੜ੍ਹਾ ਜੀ, ਅਤੇ ਫਿਰ ਉਹਨੇ ਜਦੋਂ ਬੈਗ ਖੋਲਿਆ ਤਾਂ ਉਹਦੇ ਵਿੱਚ ਤਕਰੀਬਨ 3.5 ਲੱਖ ਰੁਪਈਆ ਹੈ। ਅੱਛਾ ਜੀ। ਉਹ ਸਾਨੂੰ ਆਣ ਕੇ ਕੋਂਟੈਕਟ ਕਰਵਾਉਣ ਦਾ ਚੈੱਕ ਕਰਵਾਉਣ ਲੱਗ ਪਿਆ, ਅਤੇ ਇੱਕ ਬੈਗ ਹੋਰ ਸੀਗਾ ਵਿੱਚ, ਉਹਨਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਹੋਰ ਕੈਸ਼ ਤਾਂ ਨਹੀਂ ਹੈਗਾ, ਉਹ ਕਹਿੰਦੇ ਨਹੀਂ ਸਾਡੇ ਕੋਲ ਹੋਰ ਕੈਸ਼ ਨਹੀਂ, ਇਹੀ ਆ। ਜਦੋਂ ਗੱਡੀ ਦੇ ਵਿੱਚ ਦੁਬਾਰਾ ਬੈਗ ਲਿਆਂਦਾ ਗਿਆ ਉਹਦੇ ਵਿੱਚ 4 ਲੱਖ ਦੇ ਕਰੀਬ, ਉਹਦੇ ਵਿੱਚ 4,40,000। ਟੋਟਲ ਕਿੰਨਾ ਪੈਸਾ ਨਿਕਲਿਆ? ਟੋਟਲ ਤਕਰੀਬਨ 8 ਲੱਖ ਦੇ ਕਰੀਬ। ਪਤਾ ਲੱਗਿਆ ਕਿੱਥੋਂ ਲੈ ਕੇ ਆ ਰਹੇ ਸੀ, ਕਿਹੜੀ ਜਗ੍ਹਾ ਤੋਂ ਜਾਣਾ ਸੀ? ਇਹ ਆਏ ਹੁਸ਼ਿਆਰਪੁਰ ਏਰੀਆ ਤੋਂ ਆਏ, ਤਲਵਾੜੇ ਤੋਂ। ਅੱਛਾ ਜੀ। ਉਹ ਕਹਿੰਦੇ ਅਸੀਂ ਪਤਾ ਨਹੀਂ ਵਪਾਰੀ ਹਾਂ ਅਤੇ ਬਾਕੀ ਕਲੀਅਰ ਨਹੀਂ ਕੀਤਾ ਉਹਨਾਂ ਨੇ। ਕੋਈ ਸਬੂਤ ਮਿਲੇ ਉਹਨਾਂ? ਕੋਈ ਸਬੂਤ ਨਹੀਂ। ਕੈਸ਼ ਦਾ ਕੋਈ ਸਬੂਤ ਦਿੱਤਾ ਹੋਵੇ? ਨਹੀਂ ਨਹੀਂ ਕੋਈ। ਉਹਨਾਂ ਪੁੱਛਿਆ ਕੋਈ ਬਿੱਲ ਹੈਗਾ ਜਾਂ ਦੱਸੋ ਕਿੱਥੋਂ ਕਢਾ ਕੇ ਲਏ ਆ, ਕੋਈ ਸਬੂਤ ਨਹੀਂ ਕੋਈ ਕੁਝ। ਕਿਤੇ ਇਲੈਕਸ਼ਨ ਕਮਿਸ਼ਨਰ ਦੀ ਦਿੱਤਾ ਹੈਗਾ 50,000 ਤੋਂ ਉੱਪਰ ਜਾਣਾ ਤਾਂ ਕੋਈ ਸਬੂਤ ਉਹਨਾਂ ਦੇ ਕੋਲ ਹੋਣੇ ਚਾਹੀਦੇ, ਕਿਆ ਉਹਨਾਂ ਕੋਲ ਨਿਕਲੇ? ਨਹੀਂ ਬਿਲਕੁਲ ਨਹੀਂ ਨਿਕਲਿਆ, ਉਹਨਾਂ ਦੱਸਿਆ ਕਰਕੇ ਵੀ ਤੁਹਾਡੇ ਕੋਲ ਸਬੂਤ ਹੈਗਾ ਦਿਖਾ ਦਿਓ, ਉਹ ਕਹਿੰਦਾ ਨਹੀਂ ਸਾਡੇ ਕੋਲ ਨਹੀਂ। ਹੁਣ ਕੈਸ਼ ਤਾਂ ਤੁਹਾਡੇ ਵੱਲੋਂ? ਇਹ ਆਪਣੇ ਸੀਨੀਅਰ ਅਫਸਰਾਂ ਦੇ ਹੁਕਮ ਲਿਆਣ ਕੇ ਇਹਨਾਂ ਕਰਕੇ ਉੱਥੇ 1 ਨੰਬਰ ਥਾਣੇ ਭੇਜ ਦਿੱਤਾ ਗਿਆ ਜੀ, ਜਿਹੜੀ SSC ਟੀਮ ਆ ਉਹਨਾਂ ਦੇ ਹਵਾਲੇ ਕਰਕੇ ਜਿਹੜੀ ਬਣਦੀ ਕਾਰਵਾਈ ਉਹਨਾਂ 'ਤੇ ਹੋਊਗੀ। ਟੋਟਲ ਪਤਾ ਲੱਗਿਆ ਕਿੰਨਾ ਕੈਸ਼ ਹੈ? ਤਕਰੀਬਨ 8 ਲੱਖ ਦੇ ਕਰੀਬ ਸੀ, ਬਾਕੀ ਥੋੜ੍ਹਾ ਬਹੁਤਾ ਹੋਰ ਵੀ 7.5-7,000 ਰੁਪਇਆ ਹੋਰ ਵੀ।